ਪਿਛਲੇ ਦਿਨੀ ਨਾ ਇੱਕ ਪੀ ਆਰ ਰੈਸਟੋਰੈਂਟ ਹੈਗਾ ਭਿੱਖੀ ਪਿੰਡ ਦੇ ਵਿੱਚ, ਉੱਥੇ ਇੱਕ ਲੇਡੀਜ਼ ਅਤੇ ਇੱਕ ਜੈਂਟਸ ਉੱਥੇ ਕੰਮ ਕਰਦਾ, ਉਹਨਾਂ ਦੇ ਵਿੱਚ ਕੋਈ ਤਕਰਾਰਬਾਜ਼ੀ ਹੋਈ। ਉਹ ਲੇਡੀ ਨੇ ਅਲੈਸ ਕੀਤਾ ਵੀ ਮੇਰੇ ਨਾਲ ਕੱਪੜੇ ਕੁੱਪੜੇ ਪਾੜੇ ਨੇ, ਸ਼ਰਾਬ ਸ਼ਰੂਬ ਪੀਣ ਉੱਥੇ ਆਏ ਸੀ, ਉਹ ਤੋਂ ਪੈਸੇ ਦੇਣ ਤੋਂ ਕੋਈ ਝਗੜਾ ਹੋਇਆ। ਉਹ ਚਮਨ ਲਾਲ ਕਮਰੜ ਦੇ ਖਿਲਾਫ਼ ਮੁਕੱਦਮਾ ਦਰਜ ਹੈ, ਨਾਲ ਉਹਦੇ ਹੋਰ ਸਾਥੀਆਂ ਦੇ। ਉਹਦੇ ਉਹ ਕਹਿੰਦੇ ਵੀ ਸਾਡਾ ਮੁਕੱਦਮਾ ਝੂਠਾ ਹੈ, ਉਹਨੂੰ ਇਨਵੈਸਟੀਗੇਟ ਕਰ ਰਹੇ ਹਾਂ, ਜਿਵੇਂ ਵੀ ਅੱਗੇ ਫਰਦਰ ਕੋਈ ਇਨਵੈਸਟੀਗੇਸ਼ਨ ਹੋਵੇਗੀ ਉਹ ਕਰਵਾ ਕਰਾਂਗੇ। ਉਹ ਇੱਕ ਹੋਟਲ ਆ ਜਿਹਦਾ ਨਾਂ ਪੀ ਆਰ ਐਸ ਰੈਸਟੋਰੈਂਟ ਆ। ਉਹਦੇ ਵਿੱਚ ਜਿਹੜੇ ਉੱਥੋਂ ਦੇ ਮਾਲਕ ਆ ਉਹ ਇਸ ਵੇਲੇ ਕਾਂਗਰਸ ਦੇ ਨਾਲ ਰਲੇ ਆ। ਉਹਨਾਂ ਨੇ ਜਾਣ ਬੁੱਝ ਕੇ ਖਿਲਾਰਾ ਪਾਇਆ, ਭੋਜਨ ਮਾੜਾ ਦਿੱਤਾ, ਅਤੇ ਜਦੋਂ ਇਹਨਾਂ ਨੇ ਉਸ ਮਾੜੇ ਭੋਜਨ ਦੀ ਗੱਲ ਕੀਤੀ ਆ ਵੀ ਸਾਨੂੰ ਖਾਣ ਨੂੰ ਭੋਜਨ ਕਿਉਂ ਮਾੜਾ ਦਿੱਤਾ, ਉਹਨਾਂ ਨੇ ਗੁੰਡੇ ਸੱਦੇ ਆ, ਅਤੇ ਉੱਥੋਂ ਦੀ ਇੱਕ ਵੇਟਰ ਬੀਬੀ ਦੇ ਕੋਲੋਂ ਝੂਠਾ ਪਰਚਾ ਦਰਜ ਕਰਾ ਦਿੱਤਾ ਜਿਹੜਾ ਸਰਾਸਰ ਝੂਠ ਆ। ਅਸੀਂ ਇਹਦੀ ਆਪਣੀ ਜਿੱਤ ਤੱਕ, ਪਰਚਾ ਰੱਦ ਹੋਣ ਤੱਕ ਇਹ ਲੜਾਈ ਲੜਾਂਗੇ। ਵੇਖੋ ਜਿਹੜੀਆਂ ਧੱਕੇਸ਼ਾਹੀਆਂ ਨੇ ਉਹ ਇਸ ਵੇਲੇ ਹੁਕਮਰਾਨ ਪਾਰਟੀ ਦੇ MLA ਗਰਾਊਂਡ ਉੱਤੇ ਜੀ, ਅਤੇ ਅਸੀਂ ਸਾਡੇ ਕੋਲ ਇੱਕੋ ਇੱਕ ਟੰਗ ਆ ਵੀ ਜਿਸ ਵੇਲੇ ਇਹ ਧੱਕੇਸ਼ਾਹੀਆਂ ਬੰਦ ਨਾ ਹੋਣ ਅਤੇ ਸਾਡੇ ਕੋਲ ਐਜੀਟੇਸ਼ਨ ਕਰਨ ਵਾਸਤੇ ਬਿਨਾਂ ਕੋਈ ਹੋਰ ਢੰਗ ਨਹੀਂ ਰਹਿ ਜਾਂਦਾ। ਅਸੀਂ ਅਗਲਾ ਐਕਸ਼ਨ ਆਪਣੀ ਕਮੇਟੀ ਦੀ ਮੀਟਿੰਗ ਸੱਦ ਕੇ ਪ੍ਰਪੋਜ਼ ਕਰਕੇ ਫਿਰ ਐਲਾਨ ਕਰਾਂਗੇ। ਤਿੰਨਾਂ ਬੰਦਿਆਂ ਦੇ ਉੱਤੇ ਹੋਇਆ ਮੁਕੱਦਮਾ ਦਰਜ, ਅਤੇ ਕੁਝ ਅਣਪਛਾਤੇ ਵੀ ਪਾਏ ਨੇ। ਇੱਕ ਗੱਡੀ ਦੀ ਇਹ ਜੀ ਧਰਨਾ ਸਾਡੇ ਸਟੇਟ ਦੇ ਮੀਤ ਪ੍ਰਧਾਨ ਦੇ ਖਿਲਾਫ ਇੱਥੋਂ ਦੇ MLA ਨੇ ਸੁਖਪਾਲ ਭੁੱਲਰ ਨੇ ਇੱਕ ਪਰਚਾ ਦਰਜ ਕਰਾਇਆ ਝੂਠਾ, ਜਿਹੜਾ ਇਹਨਾਂ ਨੂੰ ਹੋਟਲ 'ਤੇ ਰੋਟੀ ਖਾਣ ਗਿਆ ਨੂੰ ਖਾਣਾ ਮਾੜਾ ਦਿੱਤਾ, ਉਹਦੇ ਤੋਂ ਮਾੜੀ ਮੋਟੀ ਤੂੰ ਤੂੰ ਮੈਂ ਹੋਈ, ਅਤੇ ਉਹਨਾਂ ਨੇ ਗੁੰਡੇ ਸੱਦ ਕੇ ਸਾਡੇ ਸਾਥੀਆਂ ਦੇ ਗਲ ਪਵਾਏ ਆ, ਸਾਡੇ ਸਾਥੀਆਂ ਦੀ ਕਾਰ ਵੀ ਭੰਨੀ ਆ, ਉਹਨਾਂ ਦੇ ਉੱਤੇ ਹੱਥ ਵੀ ਚੁੱਕਿਆ ਉਹਨਾਂ ਨੇ, ਅਤੇ ਉਦੋਂ ਤੋਂ ਬਾਅਦ ਉਹਨਾਂ ਨੇ ਇੱਕ ਐਸਾ ਝੂਠਾ ਪਰਚਾ ਦਰਜ ਕਰਾ ਦਿੱਤਾ, ਬਿਲਕੁਲ 100% ਝੂਠਾ, ਜਿਹਦੇ 'ਚ ਇਹ ਇਲਜ਼ਾਮ ਲਾਇਆ ਗਿਆ ਵੀ ਉੱਥੇ ਇੱਕ ਵੇਟਰ ਬੀਬੀ ਦੇ ਕੱਪੜੇ ਪਾੜੇ ਆ, ਉਹਦੇ ਨਾਲ ਮਾੜਾ ਸਲੂਕ ਕੀਤਾ ਜਿਹੜਾ ਬਿਲਕੁਲ ਝੂਠਾ। ਅਤੇ ਅਸੀਂ ਅੱਜ ਦਾ ਇਹ ਧਰਨਾ ਲਾ ਕੇ ਉਹ ਪਰਚਾ ਰੱਦ ਕਰਾਉਣ ਦੀ ਮੰਗ ਕਰ ਰਹੇ ਹਾਂ, ਅਤੇ ਨਾਲ ਜਿਨ੍ਹਾਂ ਨੇ ਸਾਡੇ ਸਾਥੀਆਂ ਦੀ ਕਾਰ ਭੰਨੀ ਆ, ਸਾਡੇ ਸਾਥੀਆਂ ਦੀ ਬੇਇੱਜ਼ਤੀ ਕੀਤੀ ਆ, ਗਲ ਪਏ ਆ, ਉਹਨਾਂ ਦੇ ਉੱਤੇ ਪਰਚਾ ਦਰਜ ਕਰਾਉਣ ਦੀ ਮੰਗ ਕਰ ਰਹੇ ਹਾਂ। ਵੈਸੇ ਸਾਡੀ ਲੜਾਈ ਹੋਰ ਜਿਹੜੀਆਂ ਮਜ਼ਦੂਰਾਂ ਦੀਆਂ ਬਹੁਤ ਹੀ ਭਖਵੀਆਂ ਮੰਗਾਂ ਉਹਨਾਂ ਦੀ ਚੱਲ ਰਹੀ ਸੀ, ਉਸ ਲੜਾਈ ਦੇ ਚੱਲਦਿਆਂ ਪੰਜਾਬ ਦੀ ਸਰਕਾਰ ਅਤੇ ਇੱਥੋਂ ਦੇ ਜਿਹੜੇ ਹਾਕਮ ਧਿਰ ਆ ਸਮੇਤ ਸੁਖਪਾਲ ਭੁੱਲਰ ਦੇ ਉਹ ਲੋਕਾਂ ਦਾ ਧਿਆਨ ਪਾਸੇ ਖਿੱਚਣ ਵਾਸਤੇ ਸਾਡੇ ਆਗੂਆਂ ਦੇ ਖਿਲਾਫ਼ ਪਰਚੇ ਦਰਜ ਕਰਾ ਰਹੇ ਆ। ਅਸੀਂ ਇਹ ਲੜਾਈ ਉਦੋਂ ਤੱਕ ਲੜਾਂਗੇ ਜਦੋਂ ਤੱਕ ਇਹ ਝੂਠਾ ਪਰਚਾ ਰੱਦ ਕਰਕੇ ਅਸਲ ਜਿਹੜੇ ਦੋਸ਼ੀ ਆ ਜਿਹੜੇ ਸਾਡੇ ਸਾਥੀਆਂ ਦੇ ਗਲ ਪਏ ਆ ਉਹਨਾਂ ਦੇ ਪਰਚਾ ਦਰਜ ਨਹੀਂ ਕੀਤਾ ਜਾਂਦਾ, ਉਹਨਾਂ ਚਿਰ ਇਹ ਲੜਾਈ ਸਾਡੀ ਜਾਰੀ ਰਹੂਗੀ।